आज जी वेलकम टू माय न्यू एपिसोड न्यू होम एपिसोड 129 129 ते मैं खड़ा जी फर्स्ट फ्लोर वाले बेडरूम दे विच ते उधर देखो पौड़ियों कोले बायर के लगे पए ने हैना प्लास्टर करन ते तीन रंगा दी बायर के ने कंध लाई हैगी नवी ते मैं तुहानू ओ दिखाउणा हैगा ते इधर बायर गया कंध प्लास्टर करके हटिया गया हजे मैं नवी कंध लाई हैगी एक उरले पासों प्लास्टर करती ते परले पासों रहिंदी हैगी ते ये थोड़ी जी कंध लाउणी जरूरी सी क्योंकि इत्थे रेलिंग आऊगी रेलिंग ते जो लकड़ी रेलिंग लगी ये कंध उहदे लई जरूरी आ ते बायर के कम खिंची जांदे आ की हाल आ बाई सत गलबात होर अंकल ते इधर बायर के ना मसाला ला के रखा होया सुक्का मसाला गिला मसाला ते पठल भर भर अंकल फड़ाई जांदे ते बाई गर्द कढ़ी जांदे आ ते उधर आपां जाके दूजे बाई कोल देख रहे हैं जाके की गलबात आ पर बाई थोड़ा जिहा संग जांदे आ वीडियो च आउण च ਤੇ ਇਧਰ ਇੱਕ ਮਲਬਾ ਸਾਰਾ ਚੱਕ ਕੇ ਆਪਾਂ ਉਧਰ ਪਿੱਛੇ ਸਿੱਟੀ ਜਾਂਦੇ ਆ ਸਫਾਈ ਕਰੀ ਜਾਂਦੇ ਆ ਪੂਰੀ ਆਪਿਆ ਮੂਹਰੇ ਫਰੰਟ ਤੇ ਜਿਹੜੇ ਆਉਣੇ ਸੀਗੇ ਤੇ ਇਹ ਵੀ ਬਾਈਰ ਕਨੇ ਕੱਢ ਕੇ ਉੱਤੇ ਤਿੰਨ ਚਾਰ ਦੇ ਲਾ ਕੇ ਪਲਸਟਰ ਕਰਤਾ ਇਹ ਠੀਕ ਹੈ ਜੀ ਤੇ ਇਧਰ ਉਹ ਸੀਗੇ ਬਾਈਰ ਕੇ ਫੱਟੇ ਚੱਕੀ ਜਾਂਦੇ ਆ ਬਾਈ ਕੀ ਹਾਲ ਆ ਠੀਕ ਠਾਕ ਜੀ ਬਾਈ ਸੁਣਿਆ ਨਹੀਂ ਸਾਰਿਆਂ ਨੂੰ ਠੀਕ ਹੈ ਜੀ ਬਾਈ ਉੱਚੀ ਬੋਲੋ ਹੋਰ ਠੀਕ ਹੈ ਜੀ ਠੀਕ ਆ ਤੇ ਬਾਈਰ ਕੇ ਮੂਰਲਾ ਫਰੰਟ ਦੇ ਫੱਟੇ ਚੱਕੀ ਜਾਂਦੇ ਆ ਤੇ ਫਰੰਟ ਥੋੜਾ ਹੀ ਰਹਿ ਗਿਆ ਬਸ ਮੈਨੂੰ ਲੱਗਦਾ ਨਮੇੜ ਦੇਣਗੇ ਤਿੰਨ ਕੁ ਦਿਨਾਂ 'ਚ ਤਿੰਨ ਦਿਨਾਂ 'ਚ ਸਾਰਾ ਫਰੰਟ ਨਮੇੜ ਦੇਣਗੇ ਤੇ ਇੱਕ ਦਿਨ ਦੋ ਮਿਸਤਰੀਆਂ ਦੇ ਬਾਈਆਂ ਦੇ ਇੱਕ ਦਿਨ ਇਹਦੇ 'ਚ ਲੱਗੂਗਾ ਪੈਰਾਗੁਲਾ ਤੇ ਠੀਕ ਹੈ ਜੀ ਤੇ ਪੈਰਾਗੁਲਾ ਡਿਜ਼ਾਈਨ ਆ ਜਿਹੜਾ ਪਲਸਟਰ ਕਰਨਾ ਸੌਖਾ ਨਹੀਂ ਹੈਗਾ ਕਿਉਂਕਿ ਉਹਦੀਆਂ ਸਾਰੀਆਂ ਕੋਰਾਂ ਮਿਲਾਉਣੀਆਂ ਪੈਂਦੀਆਂ ਨੇ ਤੇ ਇੱਧਰ ਦਿਖਾਉਣਾ ਤੁਹਾਨੂੰ ਇੱਧਰ ਬੇਜੀ ਪੈਰਾਗੁਲਾ ਡਿਜ਼ਾਈਨ ਆ ਦੇਖੋ ਕਿਉਂ ਬਾਈ ਕਿਵੇਂ ਆ ਬਾਈ ਤਾਂ ਲੁਕਈ ਬੈਠਾ ਹੈ ਡਿਜ਼ਾਈਨ ਉਹਦੇ ਤੇ ਲਓ ਫਿਰ ਹੁਣ ਆਪਾਂ ਚੱਲੀ ਇੱਧਰ ਇੱਧਰ ਬਾਹਰ ਨਿਕਲ ਕੇ ਇੱਧਰ ਪੋਰਚ ਤੇ ਜਾਂਦੇ ਆ ਹੁਣ ਆਪਾਂ ਲਓ ਭਰਾਵਾ ਬਾਈ ਚੱਲਦੀ ਨਾ ਕਿਤੇ ਮਾਰੀ ਮੇਰੀ ਸਰਚ ਕਿਤੇ ਚੱਲੀਆਂ ਕਿੰਨੇ ਕਿਲੋ ਦੀ ਚੱਲਦੀ ਹੋਊ ਬਾਈ ਇੱਕ 20 ਕਿਲੋ ਦੀ ਮੈਨੂੰ ਭਾਰੀ ਲੱਗਦੀ ਹੈ ਯਾਰ ਠੀਕ ਆ ਕਿਉਂ ਬਾਈ ਕੀ ਹਾਲ ਸਤਿ ਸ਼੍ਰੀ ਅਕਾਲ ਜੀ ਆਹ ਬਾਈ ਯਾਰ ਕਿਹਨੇ ਨਵਾਂ ਗੋਲਾ ਬਣਾ ਕੇ ਹਟਿਆ ਇੱਕ ਜਿਹੜਾ ਦਿਸੀ ਜਾਂਦਾ ਨਾ ਤੁਹਾਨੂੰ ਉਹ ਗੋਲਾ ਚੌਰ ਸੇ ਨਵਾਂ ਬਣਾ ਕੇ ਹਟਿਆ ਇਹ ਫਰੰਟ ਨਾ ਮੂਹਰੋਂ ਚੰਗੀ ਤਰ੍ਹਾਂ ਦੀਂਹਦਾ ਨਹੀਂ ਆਹ ਮੂਹਰੇ ਆਪਣਾ ਪਹਿਲਾਂ ਪੁਰਾਣਾ ਘਰ ਪਿਆ ਕਰਕੇ ਤੇ ਜੇ ਤੁਹਾਨੂੰ ਮੈਂ ਫਰੰਟ ਦੂਰੋਂ ਜਾ ਕੇ ਦਿਖਾਉਣਾ ਹੋਵੇ ਦੂਰੋਂ ਜਾ ਕੇ ਇਹ ਬਹੁਤ ਸੋਹਣਾ ਲੱਗਦਾ ਤੇ ਆ ਬਾਈ ਜਮਾਂ ਛਣ ਛੇੜ ਦੇ ਉੱਤੇ ਬੈਠਾ ਹੈ ਬਾਈ ਛਣ ਛੇੜ ਚੱਲ ਲੈਂਦਾ ਇੰਨਾ ਭਰ ਠੀਕ ਆ ਬਹੁਤ ਮਜ਼ਬੂਤ ਬਣਾਏ ਹੋਏ ਬਾਈ ਯਾਰ ਕਹਿੰਦੇ ਸਰੀਆ ਬਹੁਤ ਪਾਇਆ ਹੋਇਆ ਇਹਦੇ 'ਚ ਹੈ ਬਾਈ ਮੈਂ ਕਿਹਾ ਸਰੀਆ ਸੁਰੀਆ ਤੁਹਾਡਾ ਬਹੁਤ ਪਾਇਆ ਵਾ ਸਣ ਛੇੜ 'ਚ ਹੈ ਬਾਈ ਕਹਿੰਦਾ ਉੱਤੇ ਚੜ੍ਹ ਕੇ ਚਾਹੇ ਨੱਚੀ ਜਾਈ ਕਹਿੰਦਾ ਕੁਛ ਵੀ ਨਹੀਂ ਹੁੰਦਾ ਇਹਨੂੰ ਵਿਆਹ ਵੇਲੇ ਤਾਂ ਥੱਲੇ ਨੱਚਾਂਗੇ ਬਾਈ ਯਾਰ ਹਾਂ ਕਈ ਹਾਂ ਕੰਸ ਦੀ ਨੱਚਣ ਬੰਦੇ ਪੁੱਠੇ ਵੀ ਹੁੰਦੇ ਕਈ ਸੈਲਫ ਤੇ ਵੀ ਹੁੰਦੇ ਨੱਚਣ ਵਾਲੇ ਠੀਕ ਹੈ ਜੀ ਤਿੰਨ ਸਣ ਛੇੜ ਹੋ ਗਏ ਇੱਧਰ ਉੱਤੇ ਦੋ ਥੱਲੇ ਪੰਜ ਹੋ ਗਏ ਹੋਰ ਕਹਿੰਦਾ ਸਣ ਛੇੜ ਦੇ ਉੱਤੇ ਚੜ੍ਹ ਕੇ ਨੱਚਣਗੇ ਵਿਆਹ ਵੇਲੇ ਨਹੀਂ ਉਹ ਤਾਂ ਬਸ ਕੱਲੀ ਨੱਚਣ ਦੀ ਗੱਲ ਹੀ ਕੀਤੀ ਜੀ ਨਹੀਂ ਪਹਿਲਾਂ ਬਾਈ ਨੂੰ ਹੀ ਕਵਾਂਗੇ ਸਣ ਛੇੜ ਤੇ ਚੜ੍ਹਨ ਨੂੰ ਪਹਿਲਾਂ ਬਾਈ ਨੂੰ ਹੀ ਕਵਾਂਗੇ ਸਣ ਛੇੜ ਤੇ ਚੜ੍ਹਨ ਨੂੰ ਸਹੀ ਗੱਲ ਕਿਉਂ ਬਾਈ ਉਹ ਬਾਈ ਇੱਧਰ ਚੱਕੋ ਤੁਸੀਂ ਚੜ੍ਹੋਗੇ ਸਣ ਛੇੜ ਤੇ ਆ ਦੇਖੋ ਬਹੁਤ ਗਰਮੀ ਅੱਜ ਬਾਈ ਅਰਜੀ ਕਹਿੰਦੇ ਤੇ ਕਹਿੰਦੇ ਅੱਜ ਫਿਰ ਕੋਲਡ ਡਰਿੰਕ ਹੋ ਜੇ ਤੇ ਹੈ ਜੀ ਕਿਵੇਂ ਜੀ ਕੀ ਕਹਿੰਦੇ ਤੁਸੀਂ
क्यों भाई गर्मी बहुत है फिर आज जेडे आ चार पिलर है ना दो पिलर भाई ने इधरों स्टार्ट करते ते दो हजे रेंदे हैगे ते फ्रंट मेन लगता सारा ही हो गया है ना भाई फ्रंट निबड़ गया सारा लो जी फ्रंट देखो तहां तक तुहानू फिर उत्ते कोठे ते जाके दिखाऊंगा फ्रंट सारा ही निबड़ गया अज ते फिर कोल्ड ड्रिंक पी गए ते इदू बाद च भाई कहंदे बस आ जिहड़ी आ थोड़ी मोटी कंध जी रहिंदी हैगी इह वी लिपी दिंदे आ ਇੱਧਰ ਭਾਈ ਅਰਕੇ ਹੁਣ ਪੋਰਚ ਦਾ ਜੰਗਲਾ ਕੱਢਣਗੇ ਮੈਨੂੰ ਲੱਗਦਾ ਕੱਲ੍ਹ ਨੂੰ ਕੱਢਣਗੇ ਹੁਣ ਇਹ ਅੱਜ ਤਾਂ ਸ਼ਾਮ ਹੋ ਗਈ ਅਤੇ ਆਹ ਬਾਈ ਥੱਲੋਂ ਇੱਟਾਂ ਚੱਕੀ ਜਾਂਦੇ ਆ ਇੱਥੇ 45 ਪੈਡ ਲਾਉਣੀ ਪਈ ਇੱਟਾਂ ਦੀ ਖਾਤਰ ਅਤੇ ਇੱਧਰੋਂ ਜੰਗਲਾਂ ਨੂੰ ਕੱਢ ਕੇ ਇੱਕ ਗੋਲਾ ਇੱਥੇ ਹੋਰ ਬਣੂਗਾ ਵੱਡਾ ਠੀਕ ਹੈ ਜੀ ਗੋਲਾ ਬਣਾ ਕੇ ਜੰਗਲਾਂ ਕੱਢ ਕੇ ਅਤੇ ਇੱਧਰੋਂ ਫਿਰ ਕੰਮ ਇਹ ਸਾਰਾ ਕੰਪਲੀਟ ਹੋ ਜੂਗਾ ਹਾਂਜੀ ਆ ਜੋ ਅਗਲੇ ਦਿਨ ਦੇ ਵਿੱਚ ਇਹੀ ਐਪੀਸੋਡ ਦਾ ਤੀਜਾ ਦਿਨ ਆ ਅਤੇ ਅੱਜ ਸਵੇਰ ਦੇ ਵੱਜ ਗਏ 9:30 ਅਤੇ ਬਾਈ ਅਰਗੇ ਪੈੜਾਂ ਪੂੜਾਂ ਕਰੀ ਜਾਂਦੇ ਨੇ ਅਤੇ ਅੱਜ ਮੈਨੂੰ ਲੱਗਦਾ ਹਾਂ ਉਹੀ ਜਿਹੜੇ ਦੋ ਗੋਲ ਥੰਮ ਆ ਉਹ ਰਹਿ ਗਏ ਅਤੇ ਦੋ ਬਾਈ ਅਰਗੇ ਨੇ ਕੱਲ੍ਹ ਕਰਤੇ ਸੀ ਪਲਸਤਰ ਅਤੇ ਤਿਆਰੀ ਬਾਈ ਅਰਗੇ ਪੂਰੀ ਫੁੱਲ ਕਰੀ ਜਾਂਦੇ ਆ ਮਸਾਲਾ ਹੁਣੇ ਲਾ ਲਿਆ ਅਤੇ ਆਹ ਦੋ ਥੰਮ ਕੱਲ੍ਹ ਪਲਸਤਰ ਕੀਤੇ ਸੀ ਬਾਈ ਅਰਗੇ ਨੇ ਦੋ ਗੋਲ ਥੰਮ ਹੋਰ ਕਰ ਦਿਆ ਕੀ ਹਾਲ ਆ ਬਾਈ ਠੀਕ ਆ ਜੀ ਵਧੀਆ ਹੋਰ ਬਾਈ ਸੈਟੋ ਵਧੀਆ ਅਤੇ ਆ ਵੀ ਬਾਈ ਥੱਲੇ ਟੋਆ ਪੱਟੀ ਜਾਂਦਾ ਪੈਡ ਪੂਡ ਕਰਦੇ ਆ ਗੇ ਬਾਈ ਅਰਗੇ ਹੈ ਹੋਰ ਜੀ ਬਾਈ ਕੀ ਹਾਲ ਆ ਠੀਕ ਆ ਸਭ ਵਧੀਆ ਅਤੇ ਚਲੋ ਫਿਰ ਹੁਣ ਆਪਾਂ ਇਹ ਜਿਹੜਾ ਅੱਜ ਵਾਲਾ ਐਪੀਸੋਡ ਹੈ ਹੋਰ ਵਧਾਵਾਂਗੇ ਅਗਲੀ ਐਪੀਸੋਡ 'ਚ ਆਪਾਂ ਸਾਰਾ ਕੁਛ ਦੱਸਾਂਗੇ ਇਹ ਐਪੀਸੋਡ ਨਹੀਂ ਤਾਂ ਬਾਹਲਾ ਵੱਡਾ ਹੋ ਜੂਗਾ ਚਲੋ ਫਿਰ ਹੁਣ ਅਗਲੇ ਵਿੱਚ ਮਿਲਦੇ ਹਾਂ ਜੀ ਚਲੋ ਕਰ ਦਿਓ ਬਾਈ ਬਾਏ ਫਿਰ ਬਾਏ ਲਓ ਬਾਈ ਕਰ ਬਾਈ ਬਾਏ ਬਾਏ ਜੀ ਲਓ ਬਾਈ ਕਰ ਦਿਓ ਚਲੋ ਠੀਕ ਆ ਜੀ ਫਿਰ ਮੇਰੇ ਵੱਲੋਂ ਵੀ ਓਕੇ ਜੀ ਬਾਏ